रेलवे ट्रैक मल्ली बैठे साडे किसान मजदूर वीर सत्कारयोग साडियां मावां भैणां। सो मैं इत्थों पहला बोलण वाले बुलारिया ने तुहानू किसान अंदोलन बारे ते किसान अंदोलन की अज दशा ते दिशा की है, अज समा केड़ी मंग करता, यह सारियां गल्लां बारे ध्यान दवाया तुहाडा सभना दा। ते नाल ही ये भी तुहाडे नाल जिक्र किया है कि SKM ने पिछले काफी लंबे समय तो मीटिंग करके समय नूं भांपते हुए 6 मैंबरी कमेटी का गठन करके जिहदा नां ही एकता वार्ता कमेटी रखिया है भी वार्ता करके एकता होवे सभना दी। उद्यम किया कि अज समा मंग करदा सारे इकट्ठे होके आओ लड़िए, बाकी जिहड़े साडे मतभेद हैगे आ इहदे तों मुकरिया नहीं जा सकता, उन्हां नूं हुण इक पासे करन दी लोड़ है, उन्हां नूं इक पासे करके सिद्धी सट केंद्र सरकार दे विच बैठी भाजपा हुकूमत ते उहदा बाकी लुंग लाणा जिहड़ा साडे देश दे लोकां दा खास करके इस मौके जदों चोणां सिर ते आ लोक सभा चोणां दा ऐलान होण वाला है साडे लोकां दा ध्यान भड़काउणा चाहुंदा सी असली मुद्दों तो जिहड़े साडे किरती लोकां दे असली मुद्दे है, चाहे साडी किरत नूं बचाउण दा सवाल है, चाहे वड्डी गल जिहड़ी अज उभर के दुनिया दे सामने आई है ते खास करके इस भखे हुए अंदोलन ने लियांदी है, वह है WTO तो बाहर आउण साडे देश दे हाकम। इस करके जदों इतों 30 साल पहला WTO की गल करते सी आपां उदों WTO बारे साडे लोकां नूं नहीं पता लगता सी वी इह की शै आ की बला है किहड़ी चीज़ का नां है WTO। ते अज इह खास करके पहले दिल्ली अंदोलन ने जां जिहड़ा हुण चल रहा अंदोलन है इहने WTO की पछाण चुल्हे चुल्हे ते कराती भी आ बैठा साडे चुल्हिआं ते WTO आया। ते मेरे याद है जदों पहली मीटिंग ਇਹ WTO ਦੀ ਸੈਂਟਰਲ ਸ਼ਹਿਰ ਦੇ ਵਿੱਚ ਅਮਰੀਕਾ ਦਾ ਸੈਂਟਰਲ ਸ਼ਹਿਰ ਆ ਉਹਦੇ ਚ ਮੀਟਿੰਗ ਹੋਣ ਜਾ ਰਹੀ ਸੀ ਲਗਭਗ December 99 ਦੇ ਵਿੱਚ ਸਾਡੇ ਯਾਦ ਆ ਉਦੋਂ ਫਿਰ ਸਾਰੇ ਇੱਕ ਜਥੇਬੰਦੀ ਚ ਲਗਭਗ ਕੰਮ ਕਰਦੇ ਸੀ। WTO ਦਾ ਵੱਡਾ ਬੁੱਥ ਬਣਾ ਕੇ ਜਿਵੇਂ ਹੁਣ ਵੀ ਆਪਾਂ ਪੂਤਲੇ ਸਾੜੇ ਆ ਜਿੱਥੇ ਆਹ ਮੀਟਿੰਗ ਹੋ ਰਹੀ ਸੀ 26 ਫਰਵਰੀ ਨੂੰ ਪਿੰਡਾਂ ਦੇ ਵਿੱਚ ਘੁਮਾਇਆ ਸੀ ਉਹ WTO ਦਾ ਵੱਡਾ ਬੁੱਤ ਤੇ ਉਸ ਵੱਡੇ ਦਿਓ ਕੱਦ ਬੁੱਤ ਦੇ ਮੂੰਹ ਦੇ ਵਿੱਚ ਲਮਕੜਾ ਹੋਇਆ ਬੰਦਾ ਪਾਇਆ ਸੀ, ਉਹਦੇ ਮੂੰਹ ਨੂੰ ਖੂਨ ਲਾਇਆ ਹੋਇਆ ਸੀ ਵੀ ਐਂ ਨਿਕਲੂਗਾ ਸਾਡੀਆਂ ਜ਼ਿੰਦਗੀਆਂ ਨੂੰ WTO। ਪਰ ਉਹ ਬੁੱਤ ਜਦੋਂ ਪਿੰਡਾਂ ਚ ਲੈ ਕੇ ਗਏ ਆ ਸਾਡੇ ਭੈਣਾਂ ਵੀਰਾਂ ਨੂੰ ਸਮਝ ਨਹੀਂ ਆਉਂਦਾ ਸੀ ਵੀ ਇਹ ਕੀ ਚੀਜ਼ ਹੈ ਕੀ ਬਲਾ ਹੈ, ਸਗੋਂ ਐ ਵੀ ਦੇਖਿਆ ਸੀ ਜਦੋਂ ਅਸੀਂ ਪਿੰਡਾਂ ਦੇ ਵਿੱਚ ਉਹਨੂੰ ਲੈ ਕੇ ਗਏ ਸਾਡੀਆਂ ਉਹ ਅਨਪੜ੍ਹ ਬਜ਼ੁਰਗ ਮਾਈਆਂ ਉਹ WTO ਨੂੰ ਮੱਥਾ ਟੇਕੀ ਜਾਂਦੀਆਂ ਸੀ ਵੀ ਸ਼ਾਇਦ ਕੋਈ ਵੱਡੇ ਦੇਵੀ ਦੇਵਤੇ ਦਾ ਬੁੱਤ ਹੈ। ਜਦੋਂ ਆਹ ਵਿਆਖਿਆ ਕਰਦੇ ਸੀ ਉੱਥੇ ਪਿੰਡਾਂ ਦੀਆਂ ਸੱਥਾਂ 'ਚ ਖੜ ਕੇ ਉਦੋਂ WTO 'ਤੇ ਝਾਤ ਪੈਂਦੀ ਸੀ, ਉਹੀ ਬੁੜੀਆਂ ਉਹੀ ਸਾਡੀਆਂ ਮਾਈਆਂ ਅਸੀਂ ਦੇਖਿਆ ਸੀ ਮੱਥੇ ਤੇ ਹੱਥ ਮਾਰਦੀਆਂ ਵੀ ਅੱਛਾ ਏਡਾ ਖਤਰਨਾਕ ਹੈ ਕਿਉਂਕਿ ਮੋਟੀ ਗੱਲ ਸਮਝ ਪਈ। ਪਰ ਤੁਹਾਡੇ ਯਾਦ ਹੋਣਾ ਹੈ ਚੇਤਾ ਜਿਉਂਦਾ ਵਾਲੇ ਬੈਠੇ ਹੋਣਗੇ ਇੱਥੇ ਜਾਂ ਜਿਨ੍ਹਾਂ ਨੂੰ ਉਹਨਾਂ ਦੀ ਮੰਡੀ ਲੱਗਦੀ ਹੈ, ਉਦੋਂ ਜੇ ਮੈਂ 99 ਦੀ ਗੱਲ ਕਰਾਂ ਉਹ WTO ਦੀਆਂ ਨੀਤੀਆਂ ਦੇ ਤਹਿਤ ਉਹ ਨੀਤੀ ਲੈ ਕੇ ਆ ਗਏ ਵੀ ਝੋਨਾ ਨਹੀਂ ਲੈਣਾ ਪੰਜਾਬ ਦਾ, ਉਹ ਜੈਤਾਂ ਜਾਂਦਾ ਦੀ ਮੰਡੀ ਦੇ ਵਿੱਚ ਪਹਿਲਾ ਘੋਲ ਸ਼ੁਰੂ ਹੋਇਆ ਖਰੀਦ ਦੇ ਮਾਮਲੇ ਚ ਤੇ ਉੱਥੇ ਕਿਸਾਨਾਂ ਨੂੰ ਦਿਖਾਇਆ ਵੀ ਜਿਹੜਾ WTO ਤੁਹਾਨੂੰ ਦੀਦਾ ਨਹੀਂ ਸੀ ਨਾ ਆਹ ਬੈਠਾ ਤੁਹਾਡੀਆਂ ਝੋਨੇ ਦੀਆਂ ਢੇਰੀਆਂ ਤੇ, ਇਹ ਨਹੀਂ ਵਿਕਣ ਦੇ ਰਿਹਾ ਹੁਣ ਤੁਹਾਡਾ ਝੋਨਾ
क्योंकि संसार व्यापार जथेबंदी च नीतियां तय हो गई, उन्हां नीतियां नूं साडे देश दे हाकम लागू कर रहे हैं। वह लागू करने खातर इन्होंने करनिया शर्तां मरतियां, ये शर्तां तुहाडियां झोना पूरियां नहीं करता। इस करके झोना किसे ठठे खूह च सिट्टो, वह तां कहिंदा मैं नहीं लैण दिंदा। फिर आपां थोड़ी ताकत दे नाल ਉਹ WTO ਦਾ ਹੱਥ ਪਾਸੇ ਕੀਤਾ ਸੀ ਜੰਦਾ ਜਿਉਂਦਾ ਦੀ ਮੰਡੀ ਦੇ ਵਿੱਚ, ਆਏ ਢਵਾਈ ਦੀ ਮੰਡੀ ਦੇ ਵਿੱਚ ਵਾਪਰਿਆ ਸੀ। ਤੇ ਜਦੋਂ ਅਗਲਾ ਸਾਲ ਚੜਿਆ ਉਦੋਂ ਪੱਕਾ ਹੀ ਜਵਾਬ ਦਿੱਤਾ ਸੀ ਵੀ ਐਤਕੀ ਨਹੀਂ ਝੋਨਾ ਲੈਣਾ, 2000 ਦੇ ਵਿੱਚ ਤੁਹਾਡੇ ਸਭ ਦੇ ਜਦ ਹੋਣਾ। ਤੇ ਉਦੋਂ WTO ਦੇ ਕਿਵੇਂ ਨੱਥ ਪਾਈ, ਆਏ ਰੇਲਵੇ ਟਰੈਕਾਂ ਤੇ ਐਸੇ ਬਠਿੰਡੇ ਤੋਂ ਘੋਲ ਸ਼ੁਰੂ ਹੋ ਕੇ ਸਿਖਰ ਤੇ ਪਹੁੰਚਿਆ। 72 ਘੰਟੇ ਰੇਲਾਂ ਰੁਕੀਆਂ ਪੰਜਾਬ ਦੀਆਂ, ਉਹ ਰੇਲਾਂ ਰੁਕਣ ਦੌਰਾਨ WTO ਦਾ ਨੁਮਾਇੰਦਾ ਆ ਗਿਆ ਕਲਿਆਣਾ ਦੀ ਮੰਡੀ ਚ। ਉਹ ਕਹਿੰਦਾ ਇਹ ਝੋਨਾ ਵੇਚਣ ਦੇ ਯੋਗ ਨਹੀਂ, ਕਿਉਂਕਿ FCI ਦਾ ਚੇਅਰਮੈਨ ਭੂਰੇ ਲਾਲ ਉਹਦਾ ਰੋਜ਼ ਬਿਆਨ ਆਉਂਦਾ ਹੁੰਦਾ ਸੀ ਵੀ ਐਤਕੀ WTO ਦੀਆਂ ਨੀਤੀਆਂ ਦੇ ਤਹਿਤ ਝੋਨਾ ਵੇਚ ਨਹੀਂ ਸਕਦਾ, ਪੰਜਾਬ ਦਾ ਝੋਨਾ ਸ਼ਰਤਾਂ ਨਹੀਂ ਪੂਰੀਆਂ ਕਰਦਾ। ਤੇ ਜਦੋਂ ਕਲਿਆਣਾ ਦੀ ਮੰਡੀ ਦੇ ਵਿੱਚ WTO ਦਾ ਨੁਮਾਇੰਦਾ ਉਹੀ ਭੂਰੇ ਲਾਲ ਚੇਅਰਮੈਨ ਘੇਰ ਲਿਆ, 2 ਕਿਲੋਮੀਟਰ ਤੋਂ ਘੇਰ ਕੇ ਪੈਦਲ ਤੁਰ ਕੇ ਲੈ ਗਏ ਕਿਸਾਨ ਉਹਨੂੰ ਮੰਡੀ ਦੇ ਵਿੱਚ। ਫਿਰ ਤੁਹਾਡਾ ਇਕੱਠ ਕੀ ਕਰਿਸ਼ਮੇ ਦਿਖਾਉਂਦਾ, ਉੱਥੇ ਕਰਿਸ਼ਮਾ ਦਿਖਾਇਆ, ਝੋਨੇ ਦੀਆਂ ਢੇਰੀਆਂ ਤਾਂ ਲਾਤੀਆਂ ਸਾਰੀਆਂ। ਕਿਸਾਨ ਕਹਿੰਦੇ ਠੀਕ ਆ, ਜਿਹੜਾ ਮੰਡੀ ਚ ਆ ਗਿਆ ਝੋਨਾ ਇਹ ਤਾਂ ਹਜੇ 50% ਹੈ, ਤੇ ਜਿਹੜਾ 50% ਖੇਤਾਂ ਚ ਖੜਾ ਉਹਦੇ ਬਾਰੇ ਨੱਕ ਮਾਰੋਗੇ। ਉੱਥੇ ਹੁਕਮ ਆਇਆ, DC ਸਾਹਿਬ ਨਾਲ ਸੀ ਬਠਿੰਡੇ ਦਾ, ਕਹਿੰਦਾ ਅਰਥ ਕੇ ਸਾਰੇ ਲਿਖ ਦਿਓ ਹੋਰ ਝੋਨਾ ਕਿੰਨਾ ਆਊ। ਉਹ ਸਾਰੇ ਦਾ ਅੰਦਾਜ਼ੇ ਨਾਲ ਝੋਨਾ ਲਿਖਾ ਕੇ, ਕਹਿਣ ਦਾ ਭਾਵ ਖੇਤਾਂ ਚ ਖੜੇ ਝੋਨੇ ਦੀ ਬੋਲੀ ਹੋ ਗਈ ਪੂਰੇ ਰੇਟ ਤੇ। ਆ ਤੁਹਾਡੇ ਤਾਕਤ ਦੇ ਕ੍ਰਿਸ਼ਮੇ ਆ। ਫਿਰ ਵਿਚਦੀ ਜਿਵੇਂ ਸਿਆਣਿਆਂ ਦੀ ਕਹਾਵਤ ਆ ਵੀ ਭਾਈ ਬੱਕਰੀ ਦੁੱਧ ਦਿੰਦੀ ਆ ਪਰ ਮੀਂਗਣਾ ਘੋਲ ਕੇ ਦਿੰਦੀ ਆ, ਮੀਂਗਣਾ ਘੋਲਣ ਲੱਗੇ ਵਿਚਾਲ ਦੀ। ਜਦ ਹੁਣ ਤੁਹਾਡੇ 30 ਰੁਪਏ ਕਹਿੰਦੇ ਕੱਟ ਲਾ ਦਿਓ ਰੇਟ ਚ, ਫਿਰ ਜਥੇਬੰਦੀਆਂ ਨੇ ਕੀਤਾ ਫੈਸਲਾ ਵੀ ਕੱਟ ਨਹੀਂ ਲੱਗਣ ਦੇਣਾ, ਪੂਰਾ ਭਾਅ ਵੀ ਲਿਆ ਤੇ ਪੂਰਾ ਝੋਨਾ ਵੀ ਵਿਕਵਾਇਆ। ਸੋ ਇਸ ਕਰਕੇ ਉਦੋਂ ਤੋਂ ਲੈ ਕੇ WTO ਵੀ ਤਹੂ ਹੈ ਤੇ WTO ਦੀਆਂ ਨੀਤੀਆਂ ਨੂੰ ਲਾਗੂ ਕਰਨ ਵਾਲੇ ਦੇਸ਼ ਦੇ ਹਾਕਮ ਚਾਹੇ ਉਹ ਕੇਂਦਰ ਦੀ ਸਰਕਾਰ ਦੇ ਗੱਦੀ ਤੇ ਬਹਿੰਦੇ ਹੈ ਚਾਹੇ ਰਾਜਾਂ ਦੀਆਂ ਸਰਕਾਰਾਂ ਦੀਆਂ ਗੱਦੀਆਂ ਤੇ ਬਹਿੰਦੇ ਹੈ, ਸਾਰੇ ਤਹੂ ਹੈ ਤੇ ਬਦਲ ਬਦਲ ਕੇ ਦਿੰਦੇ ਹੈ ਵੀ ਜੇ WTO ਦੀਆਂ ਨੀਤੀਆਂ ਆਹ ਲੜਨ ਵਾਲੀਆਂ ਕਿਸਾਨ ਜਥੇਬੰਦੀਆਂ ਨੇ 30 ਸਾਲ ਪਛੜ ਗਏ ਆਪਾਂ, ਹੁਣ ਇਹਨੂੰ ਤੇਜ਼ੀ ਨਾਲ ਪੈਰ ਚੱਕੋ। ਜਿਹਦੇ ਵਿੱਚੋਂ ਤੇਜ਼ੀ ਨਾਲ ਪੈਰ ਚੱਕਿਆ ਸੀ ਮੋਦੀ ਨੇ, ਉਸ ਨੀਤੀਆਂ ਦੇ ਤਹਿਤ ਆਈ ਸੀ ਇਹ 3 ਖੇਤੀ ਵਿਰੋਧੀ ਕਾਲੇ ਕਾਨੂੰਨ, ਪਰ ਤੁਸੀਂ ਉਹਨਾਂ ਨੂੰ ਵੀ ਜਿੱਥੋਂ ਨਿਕਲੇ ਸੀ ਉੱਥੇ ਵਾੜ ਕੇ ਆਏ ਹੋ, ਉਸੇ ਰਾਹ 'ਚ ਗਏ ਆ ਉਹ। ਸੋ ਇਹ ਤਾਂ ਭੈਣੋ ਤੇ ਭਰਾਵੋ ਤੁਹਾਡੇ ਤਾਕਤਾਂ ਦੇ ਕ੍ਰਿਸ਼ਮੇ ਆ, ਮੈਂ ਥੋੜੇ ਸਮੇਂ 'ਚ ਗੱਲ ਕਰਨੀ ਹੈ। ਇਸ ਕਰਕੇ ਜੇ ਅੱਜ WTO ਦੀ ਪਛਾਣ ਬਣੀ ਹੈ, ਇਹ ਖਾਲਾ ਜੀ ਦਾ ਵਾਲਾ ਨਹੀਂ, ਗੱਲਾਂ ਕਹਿਣ ਨਾਲ ਨਹੀਂ, ਹਾਕਮਾਂ ਨੇ ਬਾਹਰ ਆਉਣਾ WTO ਤੋਂ, ਉਹਨਾਂ ਹਾਕਮਾਂ ਦੀ ਬਾਹਰ ਨੂੰ ਗੇੜਾ ਤੁਹਾਡੇ ਇਕੱਠਾਂ ਨੇ ਦੇਣਾ ਹੈ, ਤੇ ਉਹ ਤਾਂ ਬਾਹਰ ਨੂੰ ਗੇੜਾ ਦੇ ਹੀ ਬੈਠੇ ਆ ਸੰਸਾਰ ਵਪਾਰ ਜਥੇਬੰਦੀ ਵਾਲੇ, ਤਾਂ ਉਹ ਤਾਂ ਬਾਹਰ ਨੂੰ ਗੇੜਾ ਦੇ ਕੇ ਉਹਨਾਂ ਤੋਂ ਨੀਤੀਆਂ ਲਾਗੂ ਕਰਾਉਂਦੇ ਆ, ਮੋਹਰਾਂ ਲਵਾਉਂਦੇ ਆ। ਪਹਿਲਾਂ ਜਾ ਕੇ ਕਹਿੰਦੇ ਜਦੋਂ ਸੰਸਾਰ ਬੈਂਕ ਕੋਲੇ ਜਾਂ ਵੱਡੀਆਂ ਵਿੱਤੀ ਸੰਸਥਾਵਾਂ ਦੁਨੀਆਂ ਪੱਧਰਾਂ ਦੀਆਂ ਜਦੋਂ ਇਹ ਕਰਜ਼ਾ ਲੈਣ ਜਾਂਦੇ ਆ ਉਹਨਾਂ ਤੋਂ ਅੰਗੂਠੇ ਲਵਾਉਂਦੇ ਆ ਇਹ ਵੀ ਇੱਥੇ ਲਿਖ ਕੇ ਦੇ ਕੇ ਜਾਓ, ਖਰੀਦ ਨੀਤੀ ਕਰੋਗੇ ਬੰਦ, MSP ਕਰੋਗੇ ਬੰਦ, ਸਰਕਾਰੀ ਅਦਾਰੇ ਵੇਚੋਗੇ ਸਾਰੇ ਪ੍ਰਾਈਵੇਟਾਂ ਨੂੰ। ਉਹ ਕਹਿੰਦੇ ਹਾਂਜੀ, ਉਹਨਾਂ ਨੇ ਤਾਂ ਧੌਣ ਤੇ ਗੋਡਾ ਧਰਿਆ ਹੋਇਆ ਇਹਨਾਂ ਦੇ, ਪਰ ਜੇ ਉਹ ਤੋਂ ਭਾਰਾ ਧੌਣ ਤੇ ਗੋਡਾ ਤੁਸੀਂ ਧਰੋਗੇ ਫਿਰ WTO ਚੋਂ ਬਾਹਰ ਆਉਣ ਬਾਰੇ ਸੋਚ ਸਕਦੇ ਆ ਮਾੜਾ ਮੋਟਾ। ਗੱਲਾਂ ਕਹਿਣ ਨਾਲ ਨਹੀਂ ਹੋਣਗੀਆਂ, ਇਸ ਕਰਕੇ ਇਹਦਾ ਮਤਲਬ ਵੀ ਵੱਡੀ ਲੜਾਈ ਆ ਭੈਣੋ ਤੇ ਭਰਾਵੋ,
ਵੱਡੀ ਲੜਾਈ ਮੈਂ ਛੋਟੀ ਗੱਲ ਜੀ ਜੇ ਕਹਿੰਦੇ ਆ ਕਿੱਡੀ ਹੈ ਇਹਦੀ ਜੇ ਪੰਜਾਬੀ ਕਰਨਗੇ ਇਹਦਾ ਮਤਲਬ ਹੈ ਸੰਸਾਰ ਵਪਾਰ ਜਥੇਬੰਦੀ ਜਾਣੀ ਉਹ ਤਾਂ ਲਟੇਰੇ ਲੋਕ ਵੱਡੇ ਕਾਰਪੋਰੇਟ ਘਰਾਣੇ ਸ਼ਾਮਰਾਜੀ ਮੁਲਕ ਉਹ ਤਾਂ ਸੰਸਾਰ ਪੱਧਰ ਤੇ ਇਕੱਠੇ ਹੋ ਗਏ ਸੰਸਾਰ ਵਪਾਰ ਜਥੇਬੰਦੀ ਬਣਾ ਲਈ ਉਹਨਾਂ ਨੇ ਤੇ ਅਸੀਂ ਤਾਂ ਹਜੇ ਪਿੰਡ ਪੱਧਰ ਤੇ ਵੀ ਨਹੀਂ ਇਕੱਠੇ ਹੋਣ ਸਿੱਖੇ ਸੋ ਇਸ ਕਰਕੇ ਜੇ ਮੁਕਾਬਲਾ ਦੇਣਾ ਉਹਨੂੰ ਆਮ ਤੌਰ ਤੇ ਕਹਾਵਤਾਂ ਹੈ ਵੀ ਮੁਕਾਬਲੇ 'ਚ ਤਾਂ ਫਿਰ ਬਰਾਬਰ ਦਾ ਮੁਕਾਬਲਾ ਦੇਣਾ ਪੈਂਦਾ ਹੈ ਉਸ ਮੁਕਾਬਲੇ 'ਚ ਬਰਾਬਰ ਦੀ ਤਾਕਤ ਇਕੱਠੀ ਕਰਨੀ ਪੈਣੀ ਹੈ ਲਾਮਬੰਦੀ ਕਰਨੀ ਪੈਣੀ ਹੈ ਫਿਰ ਕੋਈ ਮਾਮਲਾ ਨਹੀਂ ਫਿਰ ਸੁਪਰੀਮ ਕੋਰਟ ਦੇ ਫੈਸਲੇ ਵੀ ਬਦਲ ਜਾਂਦੇ ਆ ਮਨਜੀਤ ਧਨੇਰ ਵਾਲਾ ਕੇਸ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਫਿਰ ਝੋਨੇ ਵਾਲੀ ਮਾਧਾਮ ਦੇ ਕੇ ਆਉਣਾ ਉਹ ਮੁੜ ਜਾਂਦੇ ਆ ਪਿੱਛੇ ਮੋਦੀ ਨੂੰ ਕਿਹੜਾ ਕੋਈ ਕਹਿੰਦਾ ਸੀ ਵੀ ਮੋੜਤਾ ਤੁਸੀਂ ਸੋ ਭਰਾਓ ਇਹ ਗੱਲ ਸਿੱਖਣ ਵਾਲੀ ਹੈ ਪਰ ਦੇਸ਼ ਦੇ ਹਾਕਮ ਜਦੋਂ ਇਹੋ ਜਿਹਾ ਮੁੱਦਾ ਭਖਦਾ ਹੈ ਉਦੋਂ ਤੁਹਾਡਾ ਧਿਆਨ ਭੜਕਾਉਣ ਖਾਤਰ ਹੋਰ ਮੁੱਦੇ ਛੇੜਦੇ ਆ ਆ ਹੋਣੀ ਵਿਧਾਨ ਸਭਾ ਦਾ ਸੈਸ਼ਨ ਚੱਲੀ ਜਾ ਰਿਹਾ ਪੰਜਾਬ ਸਰਕਾਰ ਦਾ ਤੇ ਉਹਨਾਂ ਨੇ ਇੱਕ ਸੋਸਾ ਛੱਡਤਾ ਉਹਦੇ ਵਿੱਚ ਜਿਵੇਂ ਪਹਿਲਾਂ ਵੀ ਚੱਲਿਆ ਹੋਇਆ ਸੋਸਾ ਵੀ ਪੰਜਾਬ ਤਾਂ ਬਚਦਾ ਜੇ ਇੱਥੇ ਖਸਖਸ ਦੀ ਖੇਤੀ ਹੋਣ ਲੱਗ ਜੇ ਥੀਮ ਵੇਚਣ ਲੱਗ ਬੀਜਣ ਲੱਗੋ ਪੋਸਟ ਬੀਜਣ ਲੱਗੋ ਪਹਿਲਾ ਸਵਾਲ ਤਾਂ ਇਹ ਹੈ ਵੀ ਹੁਣ ਉਹ ਜਿਹੜੇ ਵੀਰ ਉਦਾਹਰਣਾਂ ਦਿੰਦੇ ਆ ਉਹ ਕਹਿੰਦੇ ਇਹ ਹੈ ਵੀ ਯਾਰ ਤੂੰ ਤਾਂ ਜਿਹੜਾ ਹੁਣ ਸੰਥੈਟਿਕ ਨਸ਼ੇ ਆ ਗਏ ਇਹਦੇ ਨਾਲ ਤਾਂ ਪੋਸਟ ਚੰਗਾ ਸੀ ਉਦਾਹਰਣ ਇਹ ਦਿੰਦੇ ਆ ਵੀ ਸਾਡੀ ਨੌਜਵਾਨੀ ਨਸ਼ਿਆਂ ਤੋਂ ਬਚ ਸਕਦੀ ਹੈ ਜੇ ਪੋਸਟ ਦੀ ਖੇਤੀ ਹੋਣ ਲੱਗ ਜੇ ਉਹ ਵੀਰ ਭੁਲੇਖੇ ਦਾ ਸ਼ਿਕਾਰ ਹੈ ਵੱਡਾ ਹਿੱਸਾ ਤਾਂ ਤੇ ਛੋਟਾ ਹਿੱਸਾ ਜਾਣ ਬੁੱਝ ਕੇ ਜਿਹੜਾ ਕਰ ਰਿਹਾ ਉਹ ਸੋਚ ਕੇ ਪ੍ਰਚਾਰ ਕਰ ਰਿਹਾ ਨਹੀਂ ਭਰਾਓ ਚੱਲੋ 40 ਸਾਲ ਪਿੱਛੇ ਜਦੋਂ ਕੋਈ ਨਸ਼ੇ ਨਹੀਂ ਹੁੰਦੇ ਸੀ ਉਦੋਂ ਕਿਹੜਾ ਨਸ਼ਾ ਸੀ ਇੱਕੋ ਇੱਕ ਅਫੀਮ ਦਾ ਨਸ਼ਾ ਸੀ ਅਫੀਮ ਜੀ ਲੋਕ ਕਹਿੰਦੇ ਸੀ ਲੋਕਾਂ ਚ ਅਮਲੀਆਂ ਨਾਲ ਜਾਣੇ ਜਾਂਦੇ ਸੀ ਉਹ ਲੋਕ ਤੇ ਚੀਨ ਤੇ ਧੱਬਾ ਲੱਗਿਆ ਸੀ ਸਾਡਾ ਗੁਆਂਢੀ ਮੁਲਕ ਹੈ ਵੀ ਇਹ ਤਾਂ ਅਫੀਮਚੀਆਂ ਦਾ ਦੇਸ਼ ਹੈ ਫਿਰ ਇਹਦਾ ਮਤਲਬ ਨਸ਼ਾ ਕੋਈ ਬਹੁਤਾ ਚੰਗਾ ਨਹੀਂ ਮਤਲਬ ਕੀ ਹੈ ਕਿ ਦੇਸ਼ ਦੇ ਹਾਕਮ ਸਾਡੀ ਜਵਾਨੀ ਨੂੰ ਤਬਾਹ ਕਰਨ ਵਾਸਤੇ ਉਹ ਤੂੰ ਭੈੜੇ ਨਸ਼ੇ ਲੈ ਆਏ ਇਸ ਕਰਕੇ ਵੀ ਸਾਡੇ ਮੂੰਹਾਂ ਤੋਂ ਹੀ ਕਹਾ ਲਓ ਵੀ ਯਾਰ ਇਦੂ ਤਾਂ ਫਿਰ ਪੋਸਟ ਦੀ ਖੇਤੀ ਕਰਨ ਲੱਗ ਜੇ ਇੱਕ ਗੱਲ ਤਾਂ ਇਹਦਾ ਇਹ ਪੱਖ ਹੈ ਭਰਾਓ ਦੂਜਾ ਪੱਖ ਇਹ ਵਿਚਾਰਨ ਵਾਲਾ ਹੈ ਵੀ ਅਸਲ ਮਸਲਾ ਇਹ ਹੈ ਹੀ ਨਹੀਂ ਮਸਲਾ ਤਾਂ ਸਾਡੀਆਂ ਫਸਲਾਂ ਤੇ ਖਰੀਦ ਦੀ ਕਾਨੂੰਨੀ ਗਰੰਟੀ ਦਾ ਹੁਣ ਜਿਹੜੇ ਸੂਬਿਆਂ ਦੇ ਵਿੱਚ ਪੋਸਟ ਦੀ ਖੇਤੀ ਬੀਜੀ ਜਾਂਦੀ ਹੈ ਉਹ ਕਿਸਾਨ ਕਿੰਨੇ ਖੁਸ਼ਹਾਲ ਹੈ ਉਹਦੇ ਨਾਲ ਮੁਕਾਬਲਾ ਕਰ ਲਓ ਉਹ ਤੁਹਾਡੇ ਨਾਲ ਵੀ ਕੰਗਾਲ ਕੀਤੇ ਪਏ ਹੈ ਕਾਰਨ ਕੀ ਹੈ ਕਿ ਫੀਮ ਦੀ ਖੇਤੀ ਨੂੰ ਕਿਹੜਾ ਖੁੱਲ ਦੇ ਦੇਣਗੇ ਇਹ ਸਰਕਾਰੀ ਕੰਟਰੋਲ ਤੇ ਇਹ ਤਾਂ ਸਭ ਤੋਂ ਬਲੈਕ ਚ ਵਿਕਣ ਵਾਲੀ ਚੀਜ਼ ਹੈ ਹਾਕਮ ਇਹਦੇ ਤੋਂ ਚੱਕ ਲੈਣਗੇ ਇਸ ਤਰ੍ਹਾਂ ਦਾ ਲੈ ਲੈਣਗੇ ਫੈਸਲਾ ਕਦਮ ਸੋ ਇਸ ਕਰਕੇ ਇਹ ਗੱਲਾਂ ਵੀ ਸਾਡੇ ਵਾਸਤੇ ਸੋਚਣ ਸਮਝਣ ਦਾ ਸਵਾਲ ਹੈ ਸੋ ਆਓ ਅਸਲ ਗੱਲ ਤਾਂ ਇੱਥੇ ਜੋੜਨੀ ਹੈ ਕਿ ਸਾਡੀ ਜ਼ਿੰਦਗੀ ਦਾ ਸੁਧਾਰ ਤਾਂ ਇਸ ਗੱਲ ਨਾਲ ਹੋਣਾ ਜੋ ਅਸੀਂ ਪੈਦਾ ਕਰਦੇ ਹਾਂ ਅੱਜ ਉਹ ਯਾਦ ਹੈਗਾ ਕਿ ਨਹੀਂ ਹੈ ਜੋ ਕੋਈ ਸਾਡਾ ਕਿਰਤ ਕਰਦਾ ਹੈ ਚਾਹੇ ਕੋਈ ਮਜ਼ਦੂਰੀ ਕਰਨ ਵਾਲਾ ਹੈ ਕੋਈ ਸਨਅਤੀ ਮਜ਼ਦੂਰ ਹੈ ਕੋਈ ਖੇਤਾਂ ਚ ਸਾਡੇ ਪੰਜਾਬ ਦੇ ਖੇਤ ਮਜ਼ਦੂਰ ਹੈ ਉਹਨਾਂ ਦੀ ਕਿਰਤ ਆਜ਼ਾਦ ਹੈਗੀ ਹੈ ਸਾਡੀ ਕਿਰਤ ਨੂੰ ਸਾਡੀ ਕਿਰਤ ਕਮਾਈ ਨੂੰ ਸਾਡੀ ਬੀਜਣ ਵਾਲੀ ਫਸਲ ਨੂੰ ਉਹਦਾ ਗੁਲਾਮ ਕਰੀ ਬੈਠੇ ਹੈ ਰੌਲਾ ਤਾਂ ਉਹਦੇ ਤੋਂ ਗੁਲਾਮੀ ਤੋਂ ਆਜ਼ਾਦੀ ਦਾ ਫਸਲ ਤਾਂ ਜਿਹੜੀ ਮਰਜ਼ੀ ਬੀਜ ਲਓ ਜਿਹੜੇ ਵੇਲਿਆਂ ਦੇ ਵਿੱਚ ਇਹ ਗੀਤ ਲਿਖੇ ਹੋਣਗੇ ਸੰਤ ਰਾਮ ਉਦਾਸੀ ਵਰਗਿਆਂ ਨੇ ਸੋਨੇ ਦਾ ਭੜੋਲਾ ਕਣਕ ਨੂੰ ਕਿਹਾ ਹੋਇਆ ਕਿਤੇ ਕਿੱਥੋਂ ਨਿਕਲੇਗੀ ਸੋਨੇ ਦਾ ਭੜੋਲਾ ਬਣ ਕੇ ਪਟੋਲਾ ਬਣ ਕੇ ਸੱਚਮੁੱਚ ਕਣਕ ਮੈਂ ਅੱਜ ਹੀ ਇੱਕ ਵੀਡੀਓ ਦੇਖ ਰਿਹਾ ਸੀ ਵੀ ਜਦੋਂ
एक मुल्क ने साडे भारत नूं सोने की चिड़ी का खिताब दिता है। वो अज वीर दिखा रहे सी भी भारत सचमुच सोने की चिड़ी सी, पर इहदे खंभ कौन खा गया बई, कौन किने पट्टे सारे खंभ, ते हुण तां साडी चिड़ी बेचारी निकल ली। सवाल तां इत्थों सोचण दा भी इत्थे केड़ी खेती होवे केड़ी ना होवे, इह तां जदों लोकां दे पक्ष चों सोचण लगणगे देश दे हाकम, ते हाकम देश दे जिहड़े लोकां दे होण सच्ची होण वाले, तां हाकम इह लोकां दे ही नहीं। सवाल तां सानूं इत्थे खड़ के सोचना पऊगा, इहदा जोकां दे है। इस करके जदों लोकां दी भुगत वाली गल बनी, जदों आपां कहिंदे अपनी जथेबंदी भी उत्थों तक लैके जाणा है, लोकां दी भुगत बनाउणी है, राज किसे दा होवे भुगत फिर कादे ना बनूगी, वड्डी ताकत दे नाल। सो जिहड़ी विधानसभा दे विच अज चल रही गल है, साडा चैलेंज है सो तुहाडे राहीं उस सरकार नूं भी भगवंत मान साहब ਤੁਸੀਂ ਵਹਿੰਦਿਆਂ ਸਰ ਖੇਤੀ ਨੀਤੀ ਦੀ ਗੱਲ ਕੀਤੀ ਸੀ ਬਣਾਵਾਂਗੇ, ਤੁਸੀਂ ਉਹ ਖੇਤੀ ਨੀਤੀ ਬਣਾਓ ਨਾ। ਹੁਣ ਸਾਰਿਆਂ ਨੇ ਅੱਡ ਅੱਡ ਖਰੜੇ ਦਿੱਤੇ ਹੋਏ ਆ, ਜਿਹੜੇ ਲੋਕ ਪੱਖੀ ਕਲਮਕਾਰ ਬੁੱਧੀਜੀਵੀ ਆ ਉਹ ਤੁਹਾਡੇ ਮੂਹਰੇ ਸੁਝਾਅ ਪੇਸ਼ ਕੀਤੇ ਹੋਏ ਆ, ਉਸ ਤਰ੍ਹਾਂ ਦੀ ਬਣਾ ਦਿਓ ਖੇਤੀ ਨੀਤੀ। ਫਸਲ ਤਾਂ ਹਾਲਤ ਇੱਥੋਂ ਤੱਕ ਹੈ ਕਿ ਪੰਜਾਬ ਦੇ ਲੋਕ ਜੋ ਤੁਸੀਂ ਕਹੋ ਉਹ ਪੈਦਾ ਕਰ ਸਕਦੇ ਆ। ਸਵਾਲ ਤਾਂ ਕੋਈ ਗਰੰਟੀ ਕਰਦਾ ਵੀ ਜੋ ਬੀਜ ਲਿਆ ਉਹਦਾ ਪੂਰਾ ਮੁੱਲ ਮਿਲ ਜੂ? ਇਹ ਤਾਂ ਤੁਹਾਡਾ ਹੀ ਬਣਾਇਆ ਹੋਇਆ ਸਵਾਮੀਨਾਥਨ ਆ ਜਿਹੜਾ ਕੇਂਦਰੀ ਕਮਿਸ਼ਨ ਕਿਸਾਨ ਕਮਿਸ਼ਨ ਤੁਸੀਂ ਬਣਾਇਆ, ਉਹਦੀਆਂ ਸਿਫਾਰਸ਼ਾਂ ਹੀ ਅਜੇ ਤਾਂ ਅਸੀਂ ਕਹਿੰਦੇ ਹਾਂ ਲਾਗੂ ਕਰ ਦਿਓ, ਤੇ ਜਦੋਂ ਸਾਡੇ ਸੁਝਾਅ ਹੋਣਗੇ ਲੋਕਾਂ ਦੇ ਸੁਝਾਅ ਹੋਣਗੇ ਤਾਂ ਹੋਰ ਵੀ ਬਿਹਤਰ ਹੋਣਗੇ। ਕਰਨ ਨੂੰ ਤਾਂ ਅਸੀਂ ਉਹ ਤਿਆਰ ਨੇ, ਉਹਨੇ ਕੀ ਅਲੋਕਾਰੀ ਗੱਲ ਕੀਤੀ ਆ ਬੜਾ, ਉਹ ਕਹਿੰਦਾ ਵੀ ਸਾਰੇ ਖਰਚੇ ਗਿਣ ਕੇ ਉਹਦੇ ਚ 50% ਮੁਨਾਫਾ ਪਾ ਕੇ ਕਿਸਾਨਾਂ ਨੂੰ ਜਿਨਸਾਂ ਦੇ ਭਾਅ ਦੇ ਦਿਓ, ਖੁਸ਼ਹਾਲ ਹੋ ਜਾਣਗੇ। ਆਹੀ ਮੰਗ ਕਰਦੇ ਆ ਆਪਾਂ MSP ਦਾ ਸਵਾਲ ਵੀ ਉਹਦੇ ਮੁਤਾਬਕ MSP ਦੇ ਦਿਓ ਤੇ ਨਾਲ ਕਾਨੂੰਨੀ ਗਰੰਟੀ ਕਰ ਦਿਓ ਖਰੀਦ ਦੀ। ਸੋ ਇਸ ਕਰਕੇ ਭਰਾਓ ਮੈਨੂੰ ਲੱਗਦਾ ਗਲਾ ਮੇਰਾ ਬੜੀ ਇਜਾਜ਼ਤ ਨਹੀਂ ਦਿੰਦਾ ਮੈਂ ਇੰਨੀਆਂ ਗੱਲਾਂ ਕਰਦਾ ਹੋਇਆ। ਆਖਰ ਦੇ ਵਿਚ ਇਹੀ, ਕਿਉਂਕਿ ਸਾਰੇ ਬੁਲਾਰੇ ਸੱਦਾ ਦੇ ਗਏ, 14 ਤਰੀਕ ਨੂੰ ਜੋ ਦਿੱਲੀ ਵੱਲ ਵੀ ਹੀਰਾ ਧੱਟਣਗਾ, ਠੋਸ ਬਿਉਂਦ ਤੁਹਾਡੇ ਕੋਲੇ ਬਣ ਕੇ ਆਜੂ, ਅੱਜੇ ਤੋਂ ਮੁੰਡ ਸਾਰ ਉਹ ਵੀ ਹੀਰਾ ਘੱਟਣ ਦੀ ਤਿਆਰੀ ਚ ਪੈ ਜਾਓ। ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ।